ਡਾਕਟਰ ਦਲੀਪ ਘਰ ਤੇ ਵਾਣ ਅਦਰ ਨੋਵਲ ਅਗਨੀ ਪ੍ਰੀਖਿਆ ਦਾ ਤੀਸਰਾ ਅੰਗ 6 ਮਹੀਨੇ ਮਗਰੋਂ ਉਹਦਾ ਡੈਡੀ ਬਿਮਾਰ ਹੋ ਗਿਆ ਹੋਇਆ ਤਾਂ ਟਾਈਫਾਈਡ ਹੀ ਸੀ ਪਰ ਇਕਵਾਰੀ ਹਟਕੇ ਦੁਬਾਰਾ ਹੋਣ ਦੇ ਕਾਰਨ ਫਿਕਰ ਵੱਧ ਗਿਆ ਸੀ ਦਾਦਾ ਤੇ ਦਾਦੀ ਵੀ ਪਿੰਡੋਂ ਆ ਗਏ ਸਨ ਤੇ ਮਲਾਉਤ ਵਾਲੀ ਭੂਆ ਜੀ ਨੂੰ ਵੀ ਸੱਦ ਲਿਆ ਗਿਆ ਸੀ ਮਨਦੀਪ ਕਦੇ ਡੈਡੀ ਦੇ ਮੂੰਹ ਹਲ ਤੱਕ ਦੀ ਤੇ ਕਦੇ ਡਾਕਟਰ ਦੇ ਮੂੰਹ ਹਲ ਤੱਕ ਦੀ ਕਦੇ ਦਾਦੀ ਤੋਂ ਪੁੱਛਦੀ ਕਿ ਉਹਦਾ ਡੈਡੀ ਕਦੋਂ ਠੀਕ ਹੋਏਗਾ ਕਦੇ ਮਾਮਾ ਤੋਂ ਕਈ ਵਾਰ ਉਹ ਜਸਬੀਰ ਕੋਲ ਰੋ ਪੈਂਦੀ ਕਈ ਵਾਰੀ ਉਹਨੇ ਚਾਇਆ ਡੈਡੀ ਦੀ ਬਿਮਾਰੀ ਉਹਨੂੰ ਲੱਗ ਜਾਏ ਕਿੰਨੀਆਂ ਹੀ ਸੁਖਣਾ ਉਹਨੇ ਸੁਖ ਲਈਆਂ ਸਨ ਕਿੰਨੀਆਂ ਹੀ ਅਰਦਾਸਾਂ ਉਹ ਕਰਦੀ ਰਹਿੰਦੀ ਇੱਕ ਦਿਨ ਤਬੀਅਤ ਬੜੀ ਖਰਾਬ ਹੋਣ ਤੇ ਡੈਡੀ ਨੇ ਮਨਦੀਪ ਨੂੰ ਕੋਲ ਸੱਦਿਆ ਉਸ ਵੱਲ ਤੱਕ ਕੇ ਅੱਖਾਂ ਪਰ ਲਈਆਂ ਫਿਰ ਮਲੋਤ ਵਾਲੀ ਭੂਆ ਵੱਲ ਤੱਕ ਕੇ ਡੁੱਬਦੀ ਆਵਾਜ਼ 'ਚ ਬੋਲਿਆ ਬੀਬੀ ਚੱਲ ਸਾਖ ਤੈਨੂੰ ਹੀ ਦਿੱਤਾ ਪਰ ਦੇਖੀ ਮੇਰੀ ਮੰਦੀਪ ਨੂੰ ਕੋਈ ਦੁੱਖ ਨਾ ਹੋਵੇ ਮੰਦੀਪ ਰੋ ਪਈ ਇਹ ਵੇਲਾ ਤਾਂ ਉਹਦੇ ਵਿਆਹ ਦੀਆਂ ਗੱਲਾਂ ਕਰਨ ਦਾ ਨਹੀਂ ਸੀ ਪਰ ਡੈਡੀ ਖਬਰੀ ਆ ਕੇ ਸੌਖਾ ਹੋਣਾ ਚਾਹੁੰਦਾ ਸੀ ਕਿ ਉਹ ਆਪਣੀ ਧੀ ਕਿਸੇ ਨੂੰ ਸੌਂਪ ਚਲਿਆ ਤੂੰ ਵੀ ਰਾਜੀ ਹੋ ਲੈ ਆਪਾਂ ਤਾਂ ਦਸਾਂ ਦਿਨਾਂ ਦਾ ਵਿਆਹ ਦੇ ਦੇਾਂਗੇ ਭੂਆ ਖੁਸ਼ ਹੋ ਕੇ ਬੋਲੀ ਪਰ ਰਾਜੀ ਕਿ ਨਹੀਂ ਹੋਣਾ ਸੀ ਉਹ ਤਾਂ ਅਗਲੇ ਦਿਨੀ ਜਾਂਦੇ ਰਹੀਆਂ ਨਾਲ ਰਲ ਗਿਆ ਮੰਦੀਪ ਜਿਵੇਂ ਸੋਨੀ ਹੋ ਗਈ ਉਹਦੇ ਡੈਡੀ ਨੂੰ ਭੁੰਜੇ ਪਾਇਆ ਗਿਆ ਨੋ ਆਕੇ ਨਵੇਂ ਕੱਪੜੇ ਪਾਏ ਗਏ ਉਹ ਬਿਟ ਬਿਟ ਤੱਕੀ ਗਈ ਫਿਰ ਜਦੋਂ ਉਹਨੂੰ ਲਜਾਣ ਲੱਗੇ ਕਾ ਇੱਕ ਜਿਵੇਂ ਉਹਦੀ ਜਾਗ ਖੁੱਲੀ ਹੋਵੇ ਉਹ ਲੇਰਾ ਮਾਰ ਕੇ ਉਹਦੇ ਨਾਲ ਚੰਬੜ ਗਈ ਸਿਆਣਿਆਂ ਰੋਕਿਆ ਵਰਾਇਆ ਫਿਰ ਉਹਦੀ ਰੋਂਦੀ ਘੁਰਲਾਉਂਦੀ ਤੋਂ ਹੀ ਉਹਦੇ ਡੈਡੀ ਨੂੰ ਲੈ ਗਏ ਮਮਾ ਨੂੰ ਗੱਸ਼ਾਂ ਪੈ ਰਹੀਆਂ ਸਨ ਮਕਾਨਾ ਆਉਂਦੀਆਂ ਰਹੀਆਂ ਜਸਵੀਰ ਕਦੇ ਬੰਦਿਆਂ ਕੋਲ ਜਾ ਕੇ ਬੈਠਦਾ ਕਦੇ ਮਾਮਾ ਖਾਤਰ ਡਾਕਟਰਾਂ ਕੋਲ ਨਾ ਠਿਆ ਫਿਰਦਾ ਕਦੇ ਮਨਦੀਪ ਨੂੰ ਚੁੱਪ ਕਰਾਉਂਦਾ ਤੇ ਕਈ ਵਾਰ ਆਪ ਵੀ ਬੱਚਿਆਂ ਵਾਂਗੂ ਚੁੱਚੀ ਰੋਣ ਲੱਗ ਜਾਂਦਾ ਦਿਨ ਬੀਤਦੇ ਗਏ ਪਰ ਸਰਦਾਰਨੀ ਦੀਆਂ ਗਸ਼ਾਂ ਨਾ ਹਟੀਆਂ ਮਲੂਕ ਜੀ ਮਨਦੀਪ ਡੈਡੀ ਦਾ ਗਮ ਝਰ ਕੇ ਵੀ ਮੰਮਾ ਨੂੰ ਸੰਭਾਲਦੇ ਉਹਦਾ ਮਨ ਦੂਜੇ ਪਾਸੇ ਲਾਉਣ ਲਈ ਹੋਰ ਹੋਰ ਗੱਲਾਂ ਕਰਦੀ ਡੈਡੀ ਦੀਆਂ ਚੀਜ਼ਾਂ ਨੂੰ ਮੰਮਾ ਤੋਂ ਲੁਕੋ ਲੁਕੋ ਰੱਖਦੀ ਤੇ ਆਪ ਅੰਦਰ ਵੜ ਕੇ ਰੋ ਕੇ ਮੂੰਹ ਪੁੰਝ ਕੇ ਬਾਹਰ ਨਿਕਲਦੀ ਇਹਨਾਂ ਦਿਨਾਂ 'ਚ ਹਰਦੇਵ ਉਹਨੂੰ ਕਿੰਨੀ ਵਾਰ ਯਾਦ ਆਇਆ ਉਹਦੀ ਕਾਲਪਨਿਕ ਆਕਾਰ ਨੂੰ ਆਖਦੀ ਹਰਦੀਪ ਮੇਰੇ ਡੈਡੀ ਮਰ ਗਏ ਨੇ ਲੋਕੀ ਉਹਨਾਂ ਨੂੰ ਸਾੜ ਆਏ ਨੇ ਮੇਰੀ ਮਮਾ ਬੜੀ ਬਿਮਾਰ ਹੈ ਤੋ ਇਸ ਵੇਲੇ ਤਾਂ ਮੇਰੇ ਕੋਲ ਹੋਣਾ ਚਾਹੀਦਾ ਸੀ ਫਿਰ ਉਹਨੂੰ ਆਪ ਹੀ ਖਿਆਲ ਆ ਜਾਂਦਾ ਕਾਦਾ ਵਸਲ ਕਾਦਾ ਹਿਜਰ ਜਦੋਂ ਇਹ ਵੀ ਪਤਾ ਨਹੀਂ ਤੂੰ ਕੌਣ ਸੈਂ ਮੈਂ ਕੌਣ ਹਾਂ ਤੇ ਦੁਨੀਆ ਕੀ ਏ ਡੈਡੀ ਦੀ ਮੌਤ ਦੇ ਕਾਰਨ ਉਹਦਾ ਜ਼ਿੰਦਗੀ 'ਚੋ ਵਿਸ਼ਵਾਸ ਡੋਲ ਗਿਆ ਸੀ ਉਹ ਡਿੱਡਰਿਆਂ ਮੰਗ ਸਭ ਦੇ ਮੂੰਹ ਹਲ ਤੱਕ ਦੀ ਰਹਿੰਦੇ ਦਿੱਤਨ ਮਨਦੀਪ ਇਕੱਲੀ ਬਾਰਾਂ ਦਰੀ ਚ ਸੁੰਨੀ ਜੀ ਸੜਕ ਤੇ ਹੁੰਦੀ ਪਾਈ ਤੁਰੀ ਜਾ ਰਹੀ ਸੀ ਜਸਬੀਰ ਨੇ ਦੂਰੋਂ ਦੇਖਿਆ ਤੇ ਉਹਦੇ ਨਾਲ ਜਾ ਰਲਿਆ ਕੁਛ ਚਿਰ ਕਿਸੇ ਨੇ ਕੋਈ ਗੱਲ ਨਾ ਕੀਤੀ ਮਨਦੀਪ ਕੀ ਸੋਚ ਰਹੀ ਹੈ ਜਸਬੀਰ ਨੇ ਖਾਮੋਸ਼ੀ ਤੋੜਦੇ ਆ ਪੁੱਛਿਆ ਵੀਰਾ ਦਿਲ ਕਰਦਾ ਜਾਣੀ ਕਿਸੇ ਮੋਟਰ ਹੇਠ ਆ ਜਾਵਾਂ ਆ ਜਾਵਾਂ ਬਈ ਮੋਟਰ ਹੇਠ ਪਾਗਲ ਨਾ ਹੋਵੇ ਤੇ ਨਿਰਾਪਣਾ ਦਿਲ ਦਾ ਹੀ ਨਹੀਂ ਸੋਚੀਦਾ ਜਿਸ ਧਰਤੀ ਦਾ ਅਨਖਾਦਾ ਜਿਸ ਦੇਸ਼ ਦੀ ਪੌਣ ਚ ਸਾਹ ਲਏ ਨੇ ਜਿਹੜੇ ਮਾਪਿਆਂ ਨੇ ਪਾਲਿਆ ਪੋਸਿਆ ਉਹਨਾਂ ਦਾ ਵੀ ਤੁਹਾਡੇ ਸਿਰ ਕੋਈ ਕਰਜ਼ਾ ਹੈ ਜਸਬੀਰ ਨੇ ਸਿਆਣਿਆਂ ਵਾਂਗ ਮੱਤ ਦਿੰਦਿਆਂ ਆਖਿਆ ਇੱਕਾ ਇੱਕ ਮਨਦੀਪ ਨੂੰ ਖਿਆਲ ਆਇਆ ਕਿ ਜੇ ਮੈਂ ਵੀ ਮਰ ਗਈ ਮਮਾ ਕੀ ਕਰੂਗੀ ਫਿਰ ਉਹਨੇ ਜਸਬੀਰ ਦੇ ਮੂੰਹ ਵੱਲ ਤੱਕਿਆ ਤੇ ਆਖਣ ਲੱਗੀ ਵੀਰਾ ਤੂੰ ਭਾਬੀ ਨੂੰ ਕਿਉਂ ਨਹੀਂ ਲੈ ਆਉਂਦਾ ਮਨਦੀਪ ਉਹਦੀ ਗੱਲ ਨਾ ਕਰਿਆ ਕਰ ਮੇਰਾ ਮਨ ਬੜਾ ਔਖਾ ਹੋ ਜਾਂਦਾ ਹੈ ਵੀਰਾ ਆਪਣੇ ਮਨ ਦੀ ਔਖ ਖਾਤਰ ਉਸ ਵਿਚਾਰੀ ਨੂੰ ਕਾਹਨੂੰ ਦੁਖੀ ਕਰਦਾ ਹੈ ਮਨਦੀਪ ਉਹ ਐਡੀ ਬੇਸ਼ੌਰੀ ਜੀ ਔਰਤ ਹੈ ਉਹਨੂੰ ਵੇਖਦੇ ਆ ਗੁੱਸਾ ਚੜਨ ਲੱਗ ਜਾਂਦਾ ਹੈ ਵੀਰਾ ਸ਼ੌਰ ਵਾਲਿਆਂ ਨਾਲ ਤਾਂ ਸਭ ਹੀ ਕੱਟ ਲੈਂਦੇ ਨੇ ਮੈਂ ਵੀ ਕਈ ਵਾਰੀ ਸੋਚਦਾ ਕਿ ਮੈਂ ਕਿੱਡਾ ਬੁਰਾ ਪਰ ਮੈਂ ਕੀ ਕਰਾਂ ਦਿਲ ਕਰਦਾ ਮਰ ਜਾਵਾਂ ਮਨਦੀਪ ਮੈਂ ਹੋਰ ਵਿਆਹ ਕਰਵਾ ਲਵਾਂ ਕੱਲ ਨੂੰ ਮੇਰੇ ਨਾਲ ਵੀ ਤਾਂ ਕੋਈ ਐਉਂ ਕਰ ਸਕਦਾ ਜਿਵੇਂ ਤੂੰ ਭਾਬੀ ਨਾਲ ਕਰ ਰਿਹਾ ਜਸਵੀਰ ਕਿੰਨਾ ਚਿਰ ਮਨਦੀਪ ਦੇ ਮੂੰਹ ਹਲ ਤੱਕਦਾ ਰਿਹਾ ਤੇ ਮੁੜ ਕਦੇ ਉਹਨੇ ਦੂਜੇ ਵਿਆਹ ਦਾ ਨਾਂ ਨਾ ਲਿਆ ਬੀਏ ਤੋਂ ਕਿਵੇਂ ਉਹ ਪਾਸ ਹੋ ਗਈ ਤੇ ਐਮਏ ਚ ਦਾਖਲ ਹੋਣ ਲਈ ਜ਼ਿੱਦ ਕੀਤੀ ਮਮਾ ਨੇ ਆਖਿਆ ਸ਼ਾਇਦ ਉਹ ਛੇਤੀ ਵਿਆਹ ਮੰਗਣ ਪਰ ਮਨਦੀਪ ਨੇ ਆਖਿਆ ਤੁਸੀਂ ਅਜੇ ਤਕੜੇ ਨਹੀਂ ਵਿਆਹ ਕਿਧਰੇ ਨਹੀਂ ਨੱਠਿਆ ਜਾਂਦਾ ਮਲੌਦ ਵਾਲੀ ਭੂਆ ਜੀ ਨੇ ਇੱਕ ਅੱਧੀ ਵਾਰੀ ਗੱਲ ਤਾਂ ਤੋੜਨੀ ਚਾਹੀ ਪਰ ਭਰਾ ਦੀ ਸੱਜਰੀ ਮੌਤ ਕਾਰਨ ਕੁਝ ਛੀਪ ਗਈ ਦੂਸਰਾ ਉਹਨੇ ਸੋਚਿਆ ਹੁਣ ਜਦੋਂ ਮਰਨ ਵਾਲਾ ਬਚਨ ਦੇ ਗਿਆ ਤਾਂ ਗੱਲ ਤਾਂ ਪੱਕੀ ਹੈ ਹੀ ਇੱਕ ਦਿਨ ਮਨਦੀਪ ਜਸਵੀਰ ਦਾ ਕਮਰਾ ਠੀਕ ਕਰ ਰਹੀ ਸੀ ਉਹਦੀ ਕਿਤਾਬ ਚੋਂ ਇੱਕ ਚਿੱਠੀ ਬਾਹਰ ਟਿਕ ਪਈ ਪਹਿਲਾਂ ਤਾਂ ਸਰਸਰੀ ਸਮਝ ਉੱਥੇ ਰੱਖਣ ਲੱਗੀ ਪਰ ਜਦੋਂ ਅਚਾਨਕ ਉਹਦੇ ਉੱਤੇ ਪਿਆਰੀ ਮਨਜੀਤ ਪੜਿਆ ਤਾਂ ਉਹਨੂੰ ਸ਼ਰਾਰਤ ਸੁੱਜੀ ਉਹਨੇ ਚਿੱਠੀ ਪੜ ਲਈ ਚੋਰ ਫੜਿਆ ਗਿਆ ਸ਼ਾਮ ਨੂੰ ਉਹਨੇ ਜਸਬੀਰ ਨੂੰ ਚਿੱਠੀ ਦਿਖਾਉਂਦੇ ਆਖਿਆ ਮਨਦੀਪ ਦੇ ਦੇ ਨਹੀਂ ਤਾਂ ਮਾਰਾਂਗਾ ਆਖ ਤਾ ਚਿੱਠੀ ਖੋਣ ਲਈ ਦੌੜਿਆ ਮਨਦੀਪ ਵੀ ਇੰਨੀ ਕੱਚੀ ਨਹੀਂ ਸੀ ਉਹ ਕਿੰਨਾ ਚਿਰ ਪਕਾਉਂਦੀ ਰਹੀ ਆਖਰ ਜਸਬੀਰ ਨੇ ਉਹ ਚਿੱਠੀ ਖੋ ਹੀ ਲਈ ਵੀਰੇ ਦੱਸ ਉਹ ਕੁੜੀ ਕੌਣ ਹੈ ਨਹੀਂ ਤਾਂ ਹੁਣੇ ਮਮਾ ਨੂੰ ਦੱਸ ਦੇਾਂਗੀ ਮਨਦੀਪ ਨੇ ਰੋਕ ਪਾਇਆ ਹੈ ਕੋਈ ਜਾਂ ਭੱਜ ਜਾ ਐਵੇਂ ਮੇਰੇ ਕੰਨਾਂ ਕਾ ਸਿੱਧੀ ਤਰ੍ਹਾਂ ਦੱਸ ਵੀ ਕੌਣ ਹੈ ਕਿੱਥੇ ਹੈ ਤੇ ਤੇਰੇ ਤੇਰੀ ਕਿਵੇਂ ਵਾਕਫ ਹੈ ਨਹੀਂ ਤਾਂ ਨਹੀਂ ਤਾਂ ਕੀ ਮਮਾ ਨੂੰ ਹੁਣੇ ਬੁਲਾ ਲਿਆਵਾਂਗੇ ਜਾ ਖਾਪਨਾ ਪਾ ਅੱਛਾ ਫੇਰ ਨਹੀਂ ਦੱਸਦੀ ਮਨਦੀਪ ਨੇ ਉਹਦੀ ਬਾਂਹ ਮੋੜਦਿਆਂ ਆਖਿਆ ਦੱਸਦਾ ਬਾਬਾ ਦੱਸਦਾ ਕੋਈ ਇੱਕ ਕੁੜੀ ਹੈ ਇਹ ਤਾਂ ਮੈਨੂੰ ਵੀ ਪਤਾ ਹੈ ਅੱਛਾ ਹੁਣ ਮaaf ਕਰ ਦੇ ਕਦੇ ਫੇਰ ਸਭ ਕੁਝ ਦੱਸ ਦਿਆਂਗਾ ਅੱਛਾ ਲਾਹ ਮੇਰੇ ਪੈਰੀ ਹੱਥ ਜਸਵੀਰ ਨੇ ਉਹਦੇ ਪੈਰੀਂ ਹੱਥ ਲਾ ਦਿੱਤੇ ਇਸ ਤੋਂ ਪਿੱਛੋਂ ਕਿੰਨੀ ਵਾਰ ਮਨਜੀਤ ਦਾ ਨਾਂ ਲੈ ਕੇ ਉਹਨੇ ਜਸਵੀਰ ਨੂੰ ਖਜਾਇਆ ਕਿੰਨੀ ਵਾਰੀ ਮਮਾ ਨੂੰ ਦੱਸ ਦੇਣ ਦਾ ਰੋਪ པ་ ਕੇ ਉਹਦੇ ਕੋਲੋਂ ਪੈਰੀਂ ਹੱਥ ਲੁਵਾਏ ਮਨਜੀਤ ਤੇ ਮਨਦੀਪ ਨਾਂ ਕਿੰਨੇ ਰਲਵੇਂ ਨੇ ਇੱਕ ਦਿਨ ਜਸਵੀਰ ਨੇ ਆਖਿਆ ਮਨ ਦੋਹਾਂ ਚ ਸਾਂਝ ਹੈ ਬਾਕੀ ਇੱਕ ਦੀਪ ਹੈ ਦੂਜੀ ਜੀਤ ਉਹ ਬੋਲੀ ਉਹ ਕਿੰਨਾ ਚਿਰ ਮਨਦੀਪ ਦੇ ਮੂੰਹ ਹਲ ਤੱਕਦਾ ਰਿਹਾ ਫਿਰ ਜਸਵੀਰ ਦੀ ਤਰੱਕੀ ਹੋਈ ਉਹ ਬੜਾ ਸੋਹਣਾ ਪੈਨ ਮਨਦੀਪ ਲਈ ਲਿਆਇਆ ਇੱਡਾ ਮਹਿੰਗਾ ਕੀ ਕਰਨਾ ਸੀ ਮਨਦੀਪ ਨੇ ਆਖਿਆ ਮਹਿੰਗਾ ਮਨਦੀਪ ਕਦੇ-ਕਦੇ ਤਾਂ ਦਿਲ ਕਰਦਾ ਆਪਣੀ ਜਾਨ ਵੀ ਕੱਢ ਕੇ ਤੈਨੂੰ ਦੇ ਦਿਆਂ ਬਸ ਕਦੇ-ਕਦੇ ਹੀ ਦਿਲ ਕਰਦਾ ਹੈ ਆਖੋ ਹੱਸ ਪਈ ਮਨਦੀਪ ਕਈ ਵਾਰੀ ਜਾਣੀ ਹੌਲ ਜਿਹੀ ਪੈਣ ਲੱਗ ਜਾਂਦੇ ਨੇ ਕਿ ਹੋਰ 2-4 ਮਹੀਨਿਆਂ ਨੂੰ ਤੇਰਾ ਵਿਆਹ ਹੋ ਜਾਏਗਾ ਤੂੰ ਚਲੀ ਜਾਏਂਗੀ ਵਿਆਹ ਕਰਾਉਣ ਨੂੰ ਤਾਂ ਵੀਰਾ ਮੇਰਾ ਓਕਾ ਹੀ ਦਿਲ ਨਹੀਂ ਕਰਦਾ ਪਰ ਨਹੀਂ ਨਹੀਂ ਮਨਦੀਪ ਤੂੰ ਆਪਣੇ ਘਰ ਸੁਖੀ ਵਸੇ ਤੂੰ ਵੀ ਤੇ ਆਪਣੇ ਘਰ ਸੁਖੀ ਵਸੇ ਵੀਰਾ ਨਹੀਂ ਮਨਦੀਪ ਨਹੀਂ ਮੇਰਾ ਕੋਈ ਘਰ ਨਹੀਂ ਮੈਨੂੰ ਕੋਈ ਪਿਆਰ ਨਹੀਂ ਕਰਦਾ ਮੈਂ ਤੇ ਬਸ ਸੁੰਜੀ ਜਿਉ ਰਿਆ ਵਿਰਾ ਕਿਉਂ ਤੇਰਾ ਕੋਈ ਘਰ ਨਹੀਂ ਇਹ ਤੇਰਾ ਘਰ ਤਾਂ ਹੈ ਮੈਂ ਤਾਂ ਚਲੀ ਜਾਵਾਂਗੀ ਮੈਂ ਵੀ ਚਲੇ ਜਾਵਾਂਗਾ ਮਨਦੀਪ ਕਿਧਰੇ ਦੂਰ ਬਹੁਤ ਦੂਰ ਪਤਾ ਨਹੀਂ ਕਿਥੇ ਸ਼ਾਇਦ ਜਿੱਥੋਂ ਕਦੇ ਕੋਈ ਪਰਤ ਕੇ ਨਹੀਂ ਆਉਂਦਾ ਵਿਰਾ ਇਹ ਕਿਉਂ ਸੋਚਦਾ ਹੈ ਸੱਚ ਜਾਣੀ ਮੈਨੂੰ ਤਾਂ ਤੂੰ ਬਹੁਤ ਹੀ ਪਿਆਰ ਹੈ ਬਹੁਤ ਹੀ ਹਾਂ ਮਨਦੀਪ ਪਰ ਤਦੀ ਤਾਂ ਹਾਂ ਖੈਰ ਕੁਛ ਨਹੀਂ ਮੇਰਾ ਭਾਬੀ ਨੂੰ ਲਿਆ ਮਨਦੀਪ ਰੱਬ ਦੇ ਵਾਸਤੇ ਇਹ ਗੱਲਾਂ ਛੇੜਿਆ ਕਰ। ਮੇਰਾ ਜੀਉ ਪੜੀ ਨਹੀਂ ਜੇ ਉਹ ਤੈਨੂੰ ਸਮਝ ਨਹੀਂ ਸਕਦੀ ਇਹਦੇ ਚ ਉਹਦਾ ਭਲਾ ਕੀ ਕਸੂਰ ਹੈ। ਇਸ ਤੇਰੀ 베ਵੀ ਦੀ ਜ਼ਿੰਦਗੀ ਵੀ ਖਰਾਬ ਹੋ ਜਾਏਗੀ। ਮੇਰਾ ਤੈਨੂੰ ਮੇਰੀ ਸੌਂ ਲੱਗੇ। ਜਸਵੀਰ ਬਿਨਾ ਕੁਝ ਬੋਲਿਆ ਉਹਦੇ ਵੱਲ ਤੱਕਦਾ ਰਿਹਾ। ਅੱਛਾ ਦੱਸ ਮਨਜੀਤ ਕਿਉਂ ਜੀ ਕੁੜੀਏ? ਉਹਨੇ ਉਹਦੀ ਸੰਜੀਦਗੀ ਤੋ ਕਬਰਾ ਕੇ ਗੱਲ ਬਦਲਣ ਦੇ ਖਿਆਲ ਨਾ ਲਾਖਿਆ ਤੇਰੇ ਵਰਗੀ ਜੱਟ ਚੂੜਾ ਆਖੋ ਦੇ ਕੋਲੋਂ ਤੁਰ ਗਈ ਚੜਦੇ ਸਿਆਲ ਅਗਲਿਆਂ ਵਿਆਹ ਮੰਗ ਭੇਜਿਆ ਮੰਦੀਪ ਤੇ ਕਾਲਜੇ ਚ ਜਿਵੇਂ ਰੁਗ ਭਰਿਆ ਗਿਆ ਪਤਾ ਨਹੀਂ ਕਿਉਂ ਉਹਨੂੰ ਲੱਗਦਾ ਰਿਹਾ ਸੀ ਕਿ ਹਰਦੇਵ ਜ਼ਰੂਰ ਇੱਕ ਦਿਨ ਪਰਤ ਆਏਗਾ ਤੇ ਹੁਣ ਹੁਣ ਵਿਆਹ ਦੀ ਤਾਰੀਖ ਮਿੱਥੀ ਗਈ ਉਹ ਜਸਵੀਰ ਦੇ ਗੱਲ ਲਾ ਕੇ ਬੱਚਿਆਂ ਵਾਂਗ ਰੋਪੀਓ ਵੀ ਰੋਪਿਆ ਤਿਆਰੀਆਂ ਹੋਣ ਲੱਗੀਆਂ ਪਰ ਮੰਦੀਪ ਦੇ ਮਨ ਚੋਂ ਕਦਮ ਕਦਮ ਤੇ ਜਿਵੇਂ ਕੁਝ ਬੁਝ-ਬੁਝ ਜਾਂਦਾ ਹੋਵੇ ਉਹਦਾ ਦਿਲ ਕਰੇ ਕੋਈ ਬਿਜਲੀ ਉੱਤੇ ਉਦੇ ਉੱਤੇ ਡਿੱਗ ਪਈ ਕੋਈ ਸੱਪ ਉਹਦੇ ਲੜ ਜਾਏ ਕੋਈ ਤਾਂ ਵੀ ਚੜ ਜਾਏ ਦਿਨ ਲੰਘਦੇ ਜਾ ਰਹੇ ਸਨ ਪਰ ਕੁਝ ਵੀ ਤੇ ਉਹਨੂੰ ਨਾ ਹੋਇਆ ਉਹ ਦਿਨਾਂ ਚ ਕੱਪੜੇ ਵਾਂਗ ਨਚੋੜੀ ਗਈ ਉਹ ਤਾਂ ਕਈ ਵਾਰੀ ਬੈਠੀ ਬੈਠੀ ਦਾ ਹੀ ਸਾਹ ਚੜ ਜਾਂਦਾ ਉਹਨੂੰ ਡੈਡੀ ਯਾਦ ਆਉਂਦਾ ਹਰਦੀਪ ਯਾਦ ਆਉਂਦਾ ਉਹ ਅੰਦਰ ਵੜ ਵੜ ਰੋਂਦੀ ਤੇ ਮੂੰਹ ਪੂੰਝ ਕੇ ਮਮਾ ਦੇ ਸਾਹਮਣੇ ਆਉਂਦੀ ਵਿਆਹ ਚ ਸਿਰਫ 10 ਦਿਨ ਰਹਿ ਗਏ ਸਨ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਹੋ ਰਹੀਆਂ ਸਨ ਪਰ ਮੰਦੀਪ ਨਾ ਹਸਦੀ ਸੀ ਨਾ ਰੋਂਦੀ ਸੀ ਪੱਥਰ ਦੀ ਮੂਰਤੀ ਵਾਂਗ ਸਭ ਕੋਈ ਤੱਕੀ ਜਾ ਰਹੀ ਸੀ ਅਜੀਬ ਨੂੰ ਯਕੀਨ ਨਹੀਂ ਸੀ ਆਇਆ ਕਿ ਹਰਦੀਪ ਉਹਨੂੰ ਆ ਕੇ ਆਵਾਜ਼ ਨਹੀਂ ਦੇਵੇਗਾ ਸ਼ਾਇਦ ਕੋਈ ਪਰੀ ਕਹਾਣੀ ਅਜੀਬੀ ਉਹਦੇ ਅਚੇਤ ਮਨ ਚ ਘੁੰਮ ਰਹੀ ਸੀ ਕਿ ਇੱਕ ਸ਼ਹਿਜ਼ਾਦੀ ਜੰਗਲ ਚ ਰਾਹ ਭੁੱਲ ਗਈ ਤਾਂ ਤਾਨ ਨੇ ਉਹਨੂੰ ਘੇਰ ਕੇ ਕੈਦ ਕਰ ਲਿਆ ਉਹਨੂੰ ਸਭ ਤੋਂ ਵੱਡੇ ਦੈਨਤ ਨਾਲ ਵਿਆਹ ਕਰਨ ਨੂੰ ਤੰਗ ਕਰਨ ਲੱਗੇ ਅਖੀਰ ਉਹਨਾਂ ਆਖਿਆ ਜੀ ਸਵੇਰ ਤੱਕ ਨਾ ਮੰਨੀ ਤਾਂ ਤੈਨੂੰ ਮਾਰ ਦੇਾਂਗੇ ਉਸ ਰਾਤ ਸ਼ਹਿਜ਼ਾਦਾ ਉੱਡਣ ਵਾਲੇ ਘੋੜੇ ਤੇ ਚੜ੍ਹ ਕੇ ਆਇਆ ਦਿਓ ਦੇ ਮਹਿਲਾਂ ਤੋਂ ਸ਼ਹਿਜ਼ਾਦੀ ਨੂੰ ਲੈ ਕੇ ਉੱਡ ਗਿਆ। ਉਹਨੂੰ ਲੱਗਦਾ ਸੀ ਹੁਣ ਹਰਦੀਪ ਕਿਧਰੋਂ ਆ ਕੇ ਉਹਨੂੰ ਆਵਾਜ਼ ਦੇਵੇਗਾ। ਇੱਕ ਦਿਨ ਦੁਪਹਿਰੇ ਸਿਰ ਦੁੱਖ ਦਾ ਆਕੇ ਉਹ ਆਪਣੇ ਕਮਰੇ 'ਚ ਲੇਟ ਗਈ। ਬਾਰਵੀਂ ਬੰਦ ਕਰ ਲਈ ਤਾਂ ਜੋ ਬਾਹਰਲਾ ਸ਼ੋਰ ਨਾ ਸੁਣਾਈ ਦੇਵੇ। ਅਸਲ 'ਚ ਆਜੂ ਹਰਦੀਪ ਵੀ ਦੀ ਯਾਦ ਨਾਲ ਹੀ ਇਕੱਲਿਆਂ ਬਹਿ ਕੇ ਗੱਲਾਂ ਕਰਨੀਆਂ ਚਾਹੁੰਦੀ ਸੀ। ਤੂੰ ਹੁਣ ਮੇਰੇ ਕੋਲ ਨਾ ਆਇਆ ਕਰੀਂ। ਉਹਨੇ ਉਹਦੀ ਯਾਦ ਨੂੰ ਆਖਿਆ ਤੂੰ ਡਰਦੀ ਕਿਉਂ ਹੈ ਮੈਂ ਕਿਹੜਾ ਕਿਸੇ ਨੂੰ ਦਿਸਦੀ ਆ ਉਹਦੀ ਯਾਦ ਨੇ ਜਿਵੇਂ ਆਖਿਆ ਦਿਸੇ ਭਾਵੇਂ ਨਾ ਮੈਂ ਆਪਣੇ ਹੋਣ ਵਾਲੇ ਪਤੀ ਨਾਲ ਬੇਵਫਾਈ ਨਹੀਂ ਕਰਨਾ ਚਾਹੁੰਦੀ ਪਰ ਸੁਣ ਉਹਨੂੰ ਆਖੀ ਪਰ ਕੀ ਆਖੀ ਅੱਛਾ ਨਹੀਂ ਕੁਝ ਨਹੀਂ ਇਸੇ ਵੇਲੇ ਟੈਲੀਫੋਨ ਦੀ ਘੰਟੀ ਖੜਕੀ ਪਤਾ ਨਹੀਂ ਕਿਉਂ ਅੱਜ ਇਹ ਆਵਾਜ਼ ਜਿਵੇਂ ਉਹਦੇ ਦਿਲ ਤੇ ਆ ਕੇ ਵੱਜੀ ਉੱਠ ਕੇ ਟੈਲੀਫੋਨ ਸੁਣਨ ਗਈ ਪਰ ਮਲੌਤ ਵਾਲੀ ਭੂਆ ਜੀ ਨੇ ਉਹਦੇ ਜਾਣ ਤੋਂ ਪਹਿਲਾਂ ਹੀ ਰਿਸਿਵਰ ਚੁੱਕ ਲਿਆ ਸੀ ਕੌਣ ਮਨਦੀਪ ਨੇ ਭੂਆ ਤੋਂ ਪੁੱਛਿਆ ਕੋਈ ਗ੍ਰੀਨ ਹੋਟਲ ਤੋਂ ਤੇਰੀ ਮੰਮਾ ਨੂੰ ਬੁਲਾਉਂਦਾ ਹੈ ਜਾਂ ਜ਼ਰਾ ਬੁਲਾ ਦੇ ਮੰਮਾ ਨੂੰ ਭੇਜ ਕੇ ਉਹ ਗੁਸਲਖਾਨੇ ਚ ਚਲੀ ਗਈ ਮੰਮਾ ਦੇ ਸਾਹਮਣੇ ਉਹ ਰੋਣਾ ਨਹੀਂ ਸੀ ਚਾਹੁੰਦੀ ਉਹਦੇ ਮੰਮਾ ਨੇ ਜਦ ਰিসিਵਰ ਚੁੱਕਿਆ ਤਾਂ ਹੈਰਾਨ ਰਹਿ ਗਈ ਹਰਦੀਪ ਭੁੱਲ ਰਿਹਾ ਸੀ ਮਮਾ ਮਾਫ ਕਰਨਾ ਮੈਂ ਤੁਹਾਨੂੰ ਜਲਦੀ ਨਹੀਂ ਮਿਲ ਸਕਿਆ ਪਰ ਅਜੇ ਵੀ ਜੇ ਤੁਸੀਂ ਚਾਹੋ ਤਾਂ ਮਨਦੀਪ ਦਾ ਵਿਆਹ ਮੇਰੇ ਨਾਲ ਕਰ ਦਿਓ ਮੰਮਾ ਮੈਨੂੰ ਘਰ ਦੀਆਂ ਦੀ ਕੱਖ ਪਰਵਾਹ ਨਹੀਂ ਮੈਂ ਕੱਲਾ ਆ ਕੇ ਵਿਆਹ ਕੇ ਲੈ ਜਾਂਗਾ ਜਦੋਂ ਤੁਸੀਂ ਆਖੋ ਆ ਜਾਂਗਾ ਹੁਣ ਤੇ ਉਹਦੇ ਵਿਆਹ ਚ ਤਿੰਨ ਦਿਨ ਹੀ ਰਹਿ ਗਏ ਨੇ ਕਾਕਾ ਹੁਣ ਕੀ ਹੋ ਸਕਦਾ ਸਰਦਾਰਨੀ ਨੇ ਥੱਕੀ ਆਵਾਜ਼ ਚ ਕਿਹਾ ਮਮਾ ਭਾਵੇਂ ਕਿਵੇਂ ਕਰੋ ਰੱਬ ਦੇ ਵਾਸਤੇ ਮੈਂ ਤੁਹਾਡੇ ਪੈਰੀ ਪੈਂਦਾ ਮਮਾ ਪਰ ਕਾਕਾ ਇਹ ਗੁੱਡੇ ਗੁੱਡੀਆਂ ਦੀ ਖੇਡ ਤਾਂ ਨਹੀਂ ਅਗਲਿਆਂ ਨੂੰ ਮੈਂ ਕੀ ਜਵਾਬ ਦੇਾਂਗੀ ਨਾਲੇ ਉਹਦਾ ਡੈਡੀ ਹਾਂ ਕਰ ਗਿਆ ਸੀ ਮੈਂ ਹੁਣ ਕਿਵੇਂ ਜ਼ਬਾਨ ਨੂੰ ਬਦਲਾਂ ਮਮਾ ਤੂੰ ਅੱਗੇ ਮਨਦੀਪ ਨੂੰ ਬਥੇਰਾ ਦੁਖੀ ਕੀਤਾ ਜੋ ਆਕੜੀ ਨੂੰ ਹੁਣ ਤਾਂ ਹੀ ਤਾਬ ਨਹੀਂ ਆਈ ਹੁਣ ਉਹਦੀ ਜ਼ਿੰਦਗੀ ਚ ਦਖਲ ਨਾ ਦੇ। ਮਮਾ ਇੱਕ ਵਾਰੀ ਮਨਦੀਪ ਨੂੰ ਤਾਂ ਪੁੱਛ ਵੇਖੋ। ਹਰਦੇਵ ਨੇ ਤਰਲੇ ਨਾ ਲਾਖਿਆ। ਨਹੀਂ ਹੁਣ ਤੇ ਉਹ ਤੇਰਾ ਨਾਂ ਸੁਣਨਾ ਵੀ ਪਸੰਦ ਨਹੀਂ ਕਰੇਗੀ। ਆਖ ਮਮਾ ਨੇ ਰিসিਵਰ ਰੱਖ ਦਿੱਤਾ। ਇੱਕ ਵਾਰ ਫੇਰ ਘੰਟੀ ਖੜਕੀ ਤੇ ਖੜਕ ਕੇ हट ਗਈ। ਸਰਦਾਰਨੀ ਮਨਦੀਪ ਤੇ ਕਮਰੇ ਚ ਆ ਕੇ ਰੋਣ ਲੱਗ ਪਈ। ਕੀ ਗੱਲ ਹੈ ਮਮਾ? ਮਨਦੀਪ ਨੇ ਪੁੱਛਿਆ। ਮਨਦੀਪ ਕਿਸਮਤ ਸਾਡੇ ਨਾਲ ਕਿਹੋ ਜਿਹੀ ਮਖੌਲ ਕਰਦੀ। ਹੋਇਆ ਕੀ ਇਹ ਮਮਾ? ਮਨਦੀਪ ਹਾ ਨਹੀਂ ਉਨਜੀ ਤੇਰੇ ਡੈਡੀ ਦਾ ਖਿਆਲ ਆ ਗਿਆ ਸੀ ਡੈਡੀ ਤੁਸੀਂ ਡੈਡੀ ਨੂੰ ਯਾਦ ਨਾ ਕਰਿਆ ਕਰੋ ਮਮਾ ਤੇ ਮੰਨ ਚ ਉਸਨੇ ਆਖਿਆ ਮੈਂ ਵੀ ਹਰਦੇਵ ਨੂੰ ਯਾਦ ਨਹੀਂ ਕਰਿਆ ਕਰਾਂਗੀ ਉਸੇ ਹੱਥ ਨਾਲ ਉਹਨੇ ਡਰਾਈਵਰ ਨੂੰ ਆਕੇ ਕਾਰ ਗੈਰੇਜ ਤੋਂ ਕਢਵਾਈ ਕਿੱਥੇ ਚੱਲੀ ਐ ਮਾਈਆਂ ਪਈਆਂ ਕੁੜੀਆਂ ਨਹੀਂ ਕਿਧਰੇ ਜਾਂਦੀਆਂ ਹੁੰਦੀਆਂ ਉਹਦੀ ਮਲੌਦ ਵਾਲੀ ਭੂਆ ਨੇ ਥਿਉੜੀਆਂ ਪਾ ਕੇ ਆਖਿਆ ਮਮਾ ਮੇਰੀ ਇੱਕ ਸਹੇਲੀ ਬਿਮਾਰ ਹੈ ਮੈਂ ਹੁਣੇ ਆ ਜਾਨੀ ਆ ਆਖੋ ਤੁਰ ਪਈ ਪੂ ਆ ਵੀ ਪਹੇਚ ਆ ਰਹੀ ਸੀ ਪਰ ਉਹਨੇ ਕਾਰ 'ਚ ਬੈਠ ਕੇ ਹੀ ਡਰਾਈਵਿੰਗ ਡਰਾਈਵਰ ਨੂੰ ਛੇਤੀ ਚੱਲਣ ਲਈ ਆਖਿਆ ਕਿੱਧਰ ਨੂੰ ਚੱਲਣਾ ਹੈ ਬੀਬਾ ਜੀ ਕੋਠੀ ਦਾ ਫਾਟਕ ਨਿਕਲਦੇ ਆ ਡਰਾਈਵਰ ਨੇ ਪੁੱਛਿਆ ਸੰਗਰੂਰ ਸੰਗਰੂਰ ਡਰਾਈਵਰ ਨੇ ਹੈਰਾਨ ਹੋ ਕੇ ਪੁੱਛਿਆ ਹਾਂ ਹਾਂ ਪਰ ਛੇਤੀ ਤੇਜ਼ ਹਰਦੇਵ ਦੇ ਦਫਤਰ ਅੱਗੇ ਆ ਕੇ ਕਾਰ ਰੁਕ ਗਈ ਤੋ ਬੈਠ ਮੈਂ ਹੁਣੇ ਆਈ ਮੰਦੀਪ ਆਪ ਹੀ ਅੰਦਰ ਨੂੰ ਤੁਰ ਪਈ ਸਾਹ ਅੰਦਰ ਨੇ ਉਨੇ ਚਪੜਾ ਸੀਤੂ ਪੁੱਛਿਆ ਜੀ ਸਾਹ ਉਹ ਤੋਂ 4 ਦਿਨ ਸੇ ਛੁੱਟੀ 'ਤੇ ਰਹੇ ਮਨਦੀਪ ਉਹ ਨਹੀਂ ਪੈਰੀਂ ਪਰਤ ਆਈ ਵਾਪਸ ਚਲੀਏ ਬੀਬਾ ਜੀ ਡਰਾਈਵਰ ਨੇ ਉਹਦੇ ਕੁੰਮਲਾਈ ਮੋਹਲ ਤੱਕ ਆਖਿਆ ਹਾਂ ਆਖ ਮਨਦੀਪ ਰੁਮਾਲ ਨਾਲ ਅੱਖਾਂ ਪੂੰਝਣ ਲੱਗ ਪਈ ਜੋਨ ਉਹਦੇ ਰੋਕਦੇ ਆ ਰੋਕਦੇ ਆਂ ਭਾਰ ਆਈਆਂ ਸਨ ਜਦੋਂ ਮਨਦੀਪ ਵਾਪਸ ਆਈ ਤਾਂ ਮਲੌਦ ਵਾਲੀ ਭੂਆ ਜੀ ਦਰਵਾਜ਼ੇ 'ਚ ਖੜੀ ਉਡੀਕ ਰਹੀ ਸੀ ਮਨਦੀਪ ਦੇ ਮੂੰਹ ਹਲ ਤੱਕ ਉਹਨੇ ਆਖਿਆ ਤਾਂ ਕੁਝ ਨਾ ਪਰ ਉਸਵਲ ਗੋਨਲ ਤਕਦੀ ਰਹੀ ਧੰਨਵਾਦ ਚਲਦਾ